एक सुपारी दे के अटैक कराया गया सी। ओ जिहड़ा साडे लई एक ब्लाइंड केस सी उहदे विच तीन दोषी आइडेंटिफाई करके इहदा पर्दाफाश करदे होया असीं उहनूं अरैसट कर लिया। ओ मुलाजमां नूं डरे जां उहनां दे विच कोई कागज़ां पत्तरां 'च कोई कमजोरी है ते उहनां ने फिर इह सोचिया वी इह डिमांड करन वाले दा ही कम कर दईए। उहदे कोले शायद इहनां दी कोई कमजोरी सी ते कहिंदा सी वी तुहाडियां नौकरियां जा सकदियां, तुहानूं कढ़िया जा सकदा, तुहाडे खिलाफ़ परचे दर्ज हो सकदे आ। ते तीन दोषी आ हजे जिहड़े साडे जिहड़े बाई नेम्ड आ, घरों भज्जे हुए आ, उहनां दे परिवार वी भज्जे हुए आ, ਉਹ ਅਸੀਂ ਉਹਨਾਂ ਨੂੰ ਜਲਦੀ ਹੀ ਫੜ ਕੇ ਅੰਦਰ ਕਰਾਂਗੇ। ਇੱਕ 16 ਮਾਰਚ ਨੂੰ ਇੱਕ ਬੜੀ ਇੱਥੇ ਸ਼ਹਿਰ ਦੇ ਵਿੱਚ ਮਦਭਾਗੀ ਘਟਨਾ ਹੋਈ ਸੀ। ਅਰਨ ਪੱਟੀ ਨਾਂ ਦੇ ਆਦਮੀ ਨੂੰ ਬੁਰੀ ਤਰ੍ਹਾਂ ਸ਼ਾਰਪ ਐਜ ਵੈਪਨ ਦੇ ਨਾਲ ਬੁਰੀ ਤਰ੍ਹਾਂ ਇੰਜਰਡ ਕਰਕੇ ਮਰਨ ਵਾਲਾ ਕਰਕੇ ਛੱਡ ਦਿੱਤਾ ਗਿਆ ਸੀ। ਉਹਦੇ 'ਤੇ ਇੱਕ ਪਰਚਾ ਉਹਦੀ ਵਾਈਫ ਵੱਲੋਂ ਕਿਸੇ ਦਾ ਨਾਂ ਦੱਸ ਕੇ ਇੱਕ ਪਰਚਾ ਦਰਜ ਕਰਾਇਆ ਸੀ। ਸ਼ੱਕ ਜ਼ਾਹਰ ਕੀਤਾ ਸੀ ਵੀ ਸ਼ਾਇਦ ਉਹਦੇ ਵੱਲੋਂ ਅਟੈਕ ਕਰਾਇਆ। ਅਸੀਂ ਉਹਦੇ 'ਚ ਸਾਡੇ JCP ਸਿਟੀ ਇਨਵੈਸਟੀਗੇਸ਼ਨ ਵਿੰਗ ਅਤੇ ਰੁਪਿੰਦਰ ਸਰਾਂ ਅਤੇ ਉਹਨਾਂ ਦੇ CIA ਜਿਹੜੇ ਸਾਡੇ ਹੈਗੇ ਆ ਮਿਸਟਰ ਜਨੇਜਾ ਅਤੇ ਕੰਸਰਨਡ SHO ਅਸੀਂ ਟੋਟਲ ਇਹਦੇ 'ਚ ਇੱਕ ਜਿਹੜੀ ਟੀਮ ਨੇ ਉਹਦੇ 'ਚ ਮਿਹਨਤ ਲਾ ਕੇ ਕੰਮ ਕੀਤੀ ਤਾਂ ਉਹਦੇ 'ਚ ਇੱਕ ਸਾਡਾ ਇਹ ਪਤਾ ਲੱਗਿਆ ਐਕਚੁਅਲ ਜਿਹੜਾ ਇਹਦੇ ਵਿੱਚ ਇਸ਼ੂ ਇਹ ਸੀਗਾ ਵੀ ਇਹ ਅਰਨ ਪੱਟੀ ਜਿਹੜਾ ਉਹ ਬਲੈਕਮੇਲ ਕਰ ਰਿਹਾ ਸੀ। ਉਹਦੇ 'ਚੋਂ ਉਹ ਮਿਊਂਸਪਲ ਕਾਰਪੋਰੇਸ਼ਨ ਦੇ ਇੰਪਲਾਈ ਆ ਅਤੇ ਉਹਨਾਂ ਤੋਂ 25 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਸੀ ਕਿਉਂਕਿ ਉਹਨਾਂ ਦੀ ਕੋਈ ਕੱਚੇ ਮੁਲਾਜ਼ਮ ਪੱਕੇ ਹੋਣ ਦਾ ਇਸ਼ੂ ਸੀ ਅਤੇ ਕੋਈ ਏਜ ਇਸ਼ੂ ਸੀ। ਅਰਨ ਪੱਟੀ ਨੇ ਐਜ਼ ਏ ਜਿਹੜਾ ਕਿ RTI ਐਕਟਿਵਿਸਟ ਬਣ ਕੇ ਉਹਦੇ 'ਚ ਕਈ ਡਾਕੂਮੈਂਟ ਇਹੋ ਜਿਹੇ ਕਢਾ ਲਏ ਸੀ ਜਿਹਦੇ ਕਾਰਨ ਉਹਦੇ ਕੋਲ ਸ਼ਾਇਦ ਇਹਨਾਂ ਦੀ ਕੋਈ ਕਮਜ਼ੋਰੀ ਸੀ ਅਤੇ ਕਹਿੰਦਾ ਸੀ ਵੀ ਤੁਹਾਡੀਆਂ ਨੌਕਰੀਆਂ ਜਾ ਸਕਦੀਆਂ, ਤੁਹਾਨੂੰ ਕੱਢਿਆ ਜਾ ਸਕਦਾ, ਤੁਹਾਡੇ ਖਿਲਾਫ਼ ਪਰਚੇ ਦਰਜ ਹੋ ਸਕਦੇ ਆ। ਅਤੇ ਉਹਨਾਂ ਨੇ ਇਹ ਸਕੀਮ ਬਣਾ ਕੇ ਫਿਰ ਉਹਨੇ ਬ੍ਰਿਜਪਾਲ ਹੁਣਾਂ ਨੇ ਉਹਨਾਂ ਨੇ ਇਹ ਸਕੀਮ ਬਣਾਈ ਕਿ ਅਰਨ ਪੱਟੀ ਨੂੰ ਇਹਨਾਂ ਨੇ ਤਿੰਨ ਬੰਦੇ ਜਿਹੜੇ ਆ ਉਹ ਜਗਰਾਓਂ ਦੇ ਏਰੀਏ ਦੇ ਆ, ਗੁਲਸ਼ਨ ਕੁਮਾਰ ਪੁੱਤਰ ਦੇਸਰਾਜ, ਦਿਲਪ੍ਰੀਤ ਕੌਂਕੇ ਪਿੰਡ ਦਾ ਜਗਰਾਓਂ ਦਾ ਅਤੇ ਕਮਲਪ੍ਰੀਤ ਕੌਂਕੇ ਪਿੰਡ ਦਾ, ਇਹਨਾਂ ਨੂੰ 6 ਲੱਖ ਰੁਪਏ ਦੇ ਵਿੱਚ ਹਾਇਰ ਕਰਤਾ। ਉਹ ਹਾਇਰ ਕਰਨ ਦੇ ਵਿੱਚ ਜਿਹੜੇ ਹੈਗੇ ਆ ਨਿਸ਼ਾ ਸੱਭਰਵਾਲ ਨਾਂ ਦੀ ਇੱਕ ਲੇਡੀ ਨੇ ਸੂਤਰਧਾਰ ਦਾ ਕੰਮ ਕੀਤਾ। ਉਹਦੇ ਵਿੱਚੋਂ ਅਸੀਂ ਤਿੰਨ ਜਾਣੇ ਹੁਣ ਇਹਦੇ 'ਚ ਅਰੈਸਟ ਕਰ ਲਏ ਆ। ਇਹਦੇ 'ਚ ਬ੍ਰਿਜਪਾਲ, ਫਿਰ ਇਸ਼ੂ ਸਰਸਵਾਲ ਅਤੇ ਨਿਸ਼ਾ ਸਰਸਵਾਲ, ਇਹ ਤਿੰਨਾਂ ਨੂੰ ਅਰੈਸਟ ਕਰ ਲਿਆ। ਤਿੰਨ ਦੋਸ਼ੀ ਇਹਦੇ 'ਚ ਬਾਕੀ ਆ। ਇਹਦੇ 'ਚ ਸਾਡੇ ਲਈ ਇਹ ਬਲਾਈਂਡ ਕੇਸ ਸੀ ਅਤੇ ਇਹ ਸੈਂਸੇਸ਼ਨਲ ਕੇਸ ਸੀ ਵੀ ਬੰਦੇ ਨੂੰ ਸ਼ਰੇਆਮ ਉਹਦੇ 'ਚ ਅਟੈਕ ਕਰਦਾ। ਸਾਡੀ ਟੀਮ ਨੇ ਮਿਹਨਤ ਕਰਕੇ, ਜਿਵੇਂ ਅਸੀਂ ਕਹਿੰਦੇ ਹਾਂ ਵੀ ਕੋਈ ਕ੍ਰਾਈਮ ਕਰੋਗੇ ਸਾਡੀ ਨਿਗਾਹ, ਅਸੀਂ ਪੂਰਾ ਜੀ ਜਾਨ ਲਾ ਦਾਂਗੇ। ਸਾਡੀ ਟੀਮ ਨੇ ਇਸ ਕੇਸ ਦੇ ਵਿੱਚ ਵੀ ਜੀ ਜਾਨ ਲਾ ਤਾ। ਇਹਨੂੰ ਕਹਿ ਸਕਦੇ ਹਾਂ ਇੱਕ ਸੁਪਾਰੀ ਦੇ ਕੇ ਅਟੈਕ ਕਰਾਇਆ ਗਿਆ ਸੀ। ਉਹ ਜਿਹੜਾ ਸਾਡੇ ਲਈ ਇੱਕ ਬਲਾਈਂਡ ਕੇਸ ਸੀ ਉਹਦੇ ਵਿੱਚ ਤਿੰਨ ਦੋਸ਼ੀ ਆਇਡੈਂਟੀਫਾਈ ਕਰਕੇ ਇਹਦਾ ਪਰਦਾਫਾਸ਼ ਕਰਦੇ ਹੋਇਆ ਅਸੀਂ ਉਹਨੂੰ ਅਰੈਸਟ ਕਰ ਲਿਆ, ਜਿਹਦੇ 'ਚੋਂ ਇੱਕ ਲੇਡੀ, 2 ਆਦਮੀ ਅਤੇ 3 ਦੋਸ਼ੀ ਆ ਹਜੇ ਜਿਹੜੇ ਸਾਡੇ ਜਿਹੜੇ ਬਾਈ ਨੇਮਡ ਆ, ਘਰੋਂ ਭੱਜੇ ਹੋਏ ਆ, ਉਹਨਾਂ ਦੇ ਪਰਿਵਾਰ ਵੀ ਭੱਜੇ ਹੋਏ ਆ, ਉਹ ਅਸੀਂ ਉਹਨਾਂ ਨੂੰ ਜਲਦੀ ਹੀ ਫੜ ਕੇ ਅੰਦਰ ਕਰਾਂਗੇ। ਅਤੇ ਇਹਦੇ ਵਿੱਚ ਜਿਹੜੀ ਇੰਟਰਸਟਿੰਗ ਗੱਲ ਇਹ ਆਈ ਵੀ ਸਾਡੇ ਲਈ ਇਹ ਵੈਸੇ ਸਾਡੇ ਲਈ ਵੀ ਇੱਕ ਹੈਗਾ ਵੀ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੋਂ ਕੋਈ 25 ਲੱਖ ਰੁਪਇਆ ਡਿਮਾਂਡ ਕਰ ਰਿਹਾ ਵੀ ਨਹੀਂ ਤਾਂ ਤੁਹਾਡੀਆਂ ਨੌਕਰੀਆਂ ਚਲੀਆਂ ਜਾਣਗੀਆਂ। ਇੰਨੇ ਭਾਰੇ ਅਮਾਊਂਟ 'ਚ ਵੀ ਕਿਉਂ ਡਿਮਾਂਡ ਕੀਤੀ ਜਾ ਰਹੀ? ਅਤੇ ਦੂਜੇ ਲੈਵਲ 'ਤੇ ਇਸ ਤੋਂ ਪਹਿਲਾਂ ਇੱਕ ਇਹ ਵੀ ਹਜੇ ਤੱਕ ਗੱਲ ਸਾਹਮਣੇ ਆਈ ਹੈ, ਇੱਕ ਆਦਮੀ ਨੇ ਇਸ ਤੋਂ ਪਹਿਲਾਂ 50 ਲੱਖ ਦੀ ਡਿਮਾਂਡ ਕੀਤੀ ਸੀ, ਫਿਰ ਕੋਈ ਵਿੱਚੋਂ 50 ਲੱਖ ਦੀ ਡਿਮਾਂਡ ਕਰਨ ਤੋਂ ਅੱਗੇ ਆ ਗਿਆ, ਉਹ ਕੋਈ ਕਹਿੰਦਾ ਜੀ ਮੈਂ ਇਹ ਤੁਹਾਡਾ 25 ਲੱਖ ਦੇ ਵਿੱਚ ਕਰਾ ਦੂੰਗਾ। ਅਤੇ ਉਹ ਮੁਲਾਜ਼ਮਾਂ ਨੂੰ ਡਰੇ ਜਾਂ ਉਹਨਾਂ ਦੇ ਵਿੱਚ ਕੋਈ ਕਾਗਜ਼ਾਂ ਪੱਤਰਾਂ 'ਚ ਕੋਈ ਕਮਜ਼ੋਰੀ ਹੈ ਅਤੇ ਉਹਨਾਂ ਨੇ ਫਿਰ ਇਹ ਸੋਚਿਆ ਵੀ ਇਹ ਡਿਮਾਂਡ ਕਰਨ ਵਾਲੇ ਦਾ ਹੀ ਕੰਮ ਕਰ ਦਈਏ ਸੋ ਦੈਟ ਕਿ ਇਹ ਸਾਰੇ ਚੁੱਪ ਕਰ ਜਾਣਗੇ ਅਤੇ ਅੱਗੇ ਕੋਈ ਕਾਰਵਾਈ ਨਹੀਂ ਹੋਊਗੀ। ਇਹ ਮੈਟਰ ਜਿਹੜਾ ਕੁਛ ਇਨ ਹਾਊਸ ਹੈ ਅਸੀਂ ਜਿਹੜੇ ਮਿਊਂਸਪਲ ਅਥਾਰਟੀਜ਼ ਆ ਜਿਹੜੇ ਉਹਨਾਂ ਦੇ ਕਮਿਸ਼ਨਰ ਦੇ ਧਿਆਨ ਦੇ ਵਿੱਚ ਲਿਆਵਾਂਗੇ ਵੀ ਉਹ ਪ੍ਰੋਪਰ ਇਨ ਹਾਊਸ ਇਨਕੁਆਇਰ ਕਰਕੇ ਸਾਨੂੰ ਦੱਸਣ ਵੀ ਕਿਹੜੇ ਬੰਦਿਆਂ ਦਾ ਕੀ ਫੋਲਟ ਹੈ, ਕਿਹੜਾ ਨਹੀਂ ਫੋਲਟ ਆ, ਉਹ ਵੱਖਰਾ ਪਾਰਟ ਹੈ। ਸਾਡਾ ਜਿਹੜਾ ਕ੍ਰਿਮੀਨਲ ਕੇਸ ਆ ਅਸੀਂ ਲਗਭਗ ਟਰੇਸ ਕਰ ਲਿਆ, 3 ਮੇਨ ਮੁਲਜ਼ਮ ਹੈ ਜਿਨ੍ਹਾਂ ਨੇ ਕਰਾਇਆ ਉਹ ਅਸੀਂ ਅਰੈਸਟ ਕਰ ਲਿਆ, 3 ਜਿਨ੍ਹਾਂ ਨੇ ਕੀਤਾ
वो आइडेंटिफाइड है तो उन्होंने असी जल्दी फड़ लें। ये लेडी इतों की है जी, नहीं लेडी तो कोई परचा नहीं।